ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਸੁਖਤੇਜ, ਕੰਸਲਟੈਂਟ ਸਾਈਕੈਟ੍ਰਿਸਟ, ਚੀਮਾ ਮੈਡੀਕਲ ਕੰਪਲੈਕਸ, ਫੇਸ 4 ਮੋਹਾਲੀ ਤੋਂ। ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਹੈ ਕਿ ਸਾਇੰਸ ਆਫ ਐਡਿਕਸ਼ਨ ਕੀ ਹੈ, ਕਿ ਕਿਵੇਂ ਅਸੀਂ ਇੱਕ ਨਸ਼ੇ ਦੀ ਲੱਤ ਦੇ ਰੋਗੀ ਨੂੰ ਪਹਿਚਾਣ ਸਕਦੇ, ਕਿ ਕਿਆ ਤੁਹਾਡਾ ਕੋਈ ਪਰਿਵਾਰਕ ਮੈਂਬਰ ਇਸ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣਾ ਕਿ ਬਿਹੇਵੀਅਰ ਜਾਂ ਵਰਤਾਵ 'ਚ, ਪੈਟਰਨ 'ਚ ਕੋਈ ਚੇਂਜ ਆਇਆ ਕਿ ਨਹੀਂ ਆਇਆ। ਜਿਵੇਂ ਹੁਣ ਉਹ ਰੁੱਖਾ ਹੋ ਗਿਆ, ਬੋਲਦਾ ਘੱਟ ਹੈ, ਕੱਟਿਆ ਕੱਟਿਆ ਰਹਿੰਦਾ, ਤੁਹਾਡੇ ਨਾਲ ਗੱਲਬਾਤ ਪੂਰੀ ਨਹੀਂ ਕਰਦਾ, ਬਾਹਰ ਟਾਈਮ ਜ਼ਿਆਦਾ ਲਗਾਉਂਦਾ, ਬਾਥਰੂਮ 'ਚ ਟਾਈਮ ਜ਼ਿਆਦਾ ਲਗਾਉਂਦਾ, ਪੈਸੇ ਦਾ ਹਿਸਾਬ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ, ਤੁਹਾਡੇ ਨਾਲ ਉੱਠਣਾ ਬੈਠਣਾ, ਖਾਣਾ ਪੀਣਾ ਉਹ ਘੱਟ ਗਿਆ, ਰੰਗ ਸਾਵਲਾ ਹੋਈ ਜਾ ਰਿਹਾ, ਹੱਥਾਂ 'ਤੇ ਉਂਗਲੀਆਂ 'ਤੇ ਦੇਖਣਾ ਬਹੁਤ ਜ਼ਰੂਰੀ ਹੈ ਕਿ ਕੋਈ ਕਾਲਜ਼ ਦੇ ਨਿਸ਼ਾਨ ਤਾਂ ਨਹੀਂ ਹੈ, ਉਹਨਾਂ ਤੋਂ ਕੋਈ ਮੁਸ਼ਕ ਤਾਂ ਨਹੀਂ ਆਉਂਦੀ, ਅੱਖਾਂ ਲਾਲ ਤਾਂ ਨਹੀਂ ਰਹਿੰਦੀਆਂ, ਵਜ਼ਨ ਤਾਂ ਨਹੀਂ ਘੱਟ ਰਿਹਾ, ਅਤੇ ਉਹਦੇ ਨਾਲ ਹੀ ਨਾਲ ਉਹਦੀ ਸੰਗਤ ਕਿਵੇਂ ਦੀ ਹੈਗੀ, ਉਹਨਾਂ ਸਭ ਚੀਜ਼ਾਂ 'ਚ ਕੋਈ ਬਦਲਾਵ ਤਾਂ ਨਹੀਂ ਆ ਰਿਹਾ। ਅਤੇ ਜੇ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਅਤੇ ਤੁਹਾਨੂੰ ਲੱਗੇ ਕਿ ਇਹਨਾਂ 'ਚ ਕੋਈ ਬਦਲਾਵ ਹੈ, ਤਾਂ ਤੁਹਾਡਾ ਮਰੀਜ਼ ਇੱਕ ਐਡਿਕਸ਼ਨ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ। ਜੇ ਤੁਹਾਨੂੰ ਇਹ ਸ਼ੱਕ ਹੈ ਤਾਂ ਉਹ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਮੈਂ ਆਪਣੀ ਨੈਕਸਟ ਵੀਡੀਓ ਦੱਸਾਂਗਾ। ਸਤਿ ਸ਼੍ਰੀ ਅਕਾਲ।